ਦੋਸਤੋ ਜਿੰਨੇ ਭਰਾ ਆਪਣੇ ਬਲੌਗ ਵੇਖਦੇ ਸਾਰਿਆਂ ਨੂੰ ਆਪਣੇ ਲਈ ਸਤਿ ਸ਼੍ਰੀ ਅਕਾਲ ਤੇ ਅੱਜ ਆਪਣੇ ਦਿਨ ਦੀ ਸ਼ੁਰੂਆਤ ਹੁੰਦੀ ਆ ਬਈ ਤੇ ਅੱਜ ਆਪਾਂ 60-55 ਨੂੰ ਲੈ ਕੇ ਚੱਲਦੇ ਹਾਂ ਵਾਸ਼ ਕਰਾਉਣ ਧਵਾ ਕੇ ਲਿਆਉਣੇ ਆ ਰਫੱਡ 'ਚ ਬਹੁਤ ਜ਼ਿਆਦਾ ਲਿਬੜਿਆ ਪਿਆ ਸੀਗਾ ਅਤੇ ਅੱਜ ਮਿੱਤਰੋ ਧਵਾ ਧਵੂ ਕੇ ਅਤੇ ਫਿਰ ਐਂਪਦਾ ਉਹਦਾ ਜਿਹੜਾ ਕੰਮ ਆਪਾਂ ਘਰੇ ਹੀ ਕਰਾਂਗੇ ਟ੍ਰੀਟਮੈਂਟ ਸਾਰਾ ਅਤੇ ਜੇ ਖਰਾਬ ਵੱਧਦਾ ਹੋਇਆ ਕੰਮ ਖਰਾਬ ਹੁੰਦਾ ਹੋਇਆ ਫਿਰ ਲੈ ਕੇ ਚੱਲਾਂਗੇ ਕੋਟੀ ਸੇਖਾਂ ਅਤੇ ਉੱਥੋਂ ਸੈੱਟ ਕਰਵਾ ਕੇ ਲਿਆਵਾਂਗੇ ਪਹਿਲਾਂ ਆਪ ਕਰਕੇ ਵੇਖਾਂਗੇ ਆਪਰੇਸ਼ਨ ਐਂਪ ਖੋਲ੍ਹਾਂਗੇ ਸਾਰਾ ਘਰੇ ਹੀ ਤਾਂ ਬਲੌਗ ਚੱਲਦਾ ਬਈ ਬਹੁਤ ਇੰਟਰਸਟਿੰਗ ਬਲੌਗ ਆ ਪਹਿਲਾਂ ਆਪਾਂ ਇਹਨੂੰ ਧਵਾ ਕੇ ਲਿਆਉਣੇ ਅੱਜ ਫਿਰ ਆ ਕੇ ਐਂਪ ਨਾਲ ਲੈਂਦੇ ਹਾਂ ਪੰਗਾ ਚਲੋ ਆ ਜਾਓ ਮਿੱਤਰੋ ਮਿਲਦੇ ਹਾਂ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਜਿਹੜੇ ਭਰਾ ਅੱਜ ਆਏ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਮਾਰ ਦਿਓ ਸ਼ੇਅਰ ਇੱਦਾਂ ਹੀ ਘੈਂਟ ਘੈਂਟ ਬਲੌਗ ਤੁਹਾਡੇ ਸਾਹਮਣੇ ਆਉਂਦੇ ਰਹਿਣਗੇ ਲਓ ਮਿੱਤਰੋ ਮਿਲਦੇ ਹਾਂ ਫਿਰ ਤੁਹਾਨੂੰ ਪਹਿਲਾਂ ਟਰੈਕਟਰ ਟਰੂਟਰ ਧਵਾ ਕੇ ਫਿਰ ਐਂਪ ਉਂਪ ਖੋਲ੍ਹ ਕੇ ਅਤੇ ਫਿਰ ਉਹਦੀਆਂ ਜਿਹੜੇ ਬੇਸਾਂ ਨਾਲ ਨੋਟ ਡਿੱਗੇ ਉਹ ਸਾਰੇ ਕੱਸਦੇ ਹਾਂ ਯੂ ਪੈਪ 'ਚੋਂ ਡਿੱਗੇ ਹੋਏ ਆ ਛਤਰੀ ਦੇ ਡਿੱਗੇ ਉਹ ਸਾਰੇ ਨਟ ਨਵੇਂ ਲਿਆਵਾਂਗੇ ਨਵੇਂ ਲਿਆ ਕੇ ਕੱਸ ਕੇ ਕਰਦੇ ਹਾਂ ਪੇਟੀ ਨੂੰ ਓਕੇ ਪੂਰੀ ਅਤੇ ਚਲੋ ਆ ਜਾਓ ਮਿੱਤਰੋ ਵੇਖੀ ਚਲੋ ਬੰਦ ਆ ਗਈ ਆ ਲਓ ਵੀ ਮਿੱਤਰੋ ਇਹਨੂੰ ਧਵਾ ਕੇ ਲਿਆਉਣੇ ਅੱਜ ਬਹੁਤ ਜ਼ਿਆਦਾ ਲਿਬੜਿਆ ਪਿਆ ਟਰੈਕਟਰ ਆਪਣਾ ਅਤੇ ਅੱਜ ਚਮਕਵਾ ਕੇ ਲਿਆਉਣੇ ਨਵਾਂ ਨਵਾਂ ਕੱਢ ਦੇਣਾ ਅੱਜ ਆਪਾਂ ਜਾਵਾਂ ਓਕੇ ਰਿਪੋਰਟ ਕੰਮ ਹੋਏਗਾ ਚਲੋ ਆ ਜਾਓ ਮਿੱਤਰੋ ਮਿਲਦੇ ਹਾਂ ਅਤੇ ਜਾ ਕੇ ਆਹ ਵੇਖ ਹੀ ਦੱਸਦੇ ਤੁਸੀਂ ਪੈਰ ਗਾਂ ਸਾਰਾ ਕਿੰਨਾ ਲਿਬੜਿਆ ਪਿਆ ਅੱਜ ਬਣਾਉਣਾ ਜੀ ਨਵਾਂ ਨਵਾਂ ਆਹ ਖੋਲ੍ਹ ਦਿੰਦੇ ਹੁਣ ਆਪਾਂ ਕਿਤੇ ਹੀ ਪਾਣੀ ਨਾ ਪੈ ਸਕੇ ਚਲੋ ਆ ਜਾਓ ਲਓ ਬਈ ਪਹੁੰਚ ਚੁੱਕਿਆ ਆਪਾਂ ਡੈਗ 'ਤੇ ਅਤੇ ਹੁਣ ਆਪਾਂ ਇਹ ਪੂਰਾ ਚਮਕਾ ਲੈਣਾ 60-55 ਹੁਣ ਹਾਲਤ ਵੇਖ ਲਓ ਹੁਣ ਹਾਲਤ ਵਿਖਾ ਦਿੰਦੇ ਤੁਹਾਨੂੰ ਇਹਦੀ ਅਤੇ ਬਾਅਦ 'ਚ ਧੋਣ ਤੋਂ ਬਾਅਦ ਹਾਲਤ ਵਿਖਾਵਾਂਗੇ ਸਾਰਾ ਲਾਉਂ ਬਈ ਲਿਬੜਿਆ ਪਿਆ ਟਰੈਕਟਰ ਲਓ ਬਈ ਤੋਬਾ ਹੀ ਹੋਈ ਪਈ ਆ ਸਾਰੀ ਮਿੱਟੀ ਜੀ ਕਢਾਉਣੀ ਮਗਰਾਡਾਂ ਮਗਰੂਡਾਂ ਜਾਂ ਚਮਕਾ ਲੈਣਾ ਆ ਮਗਰ ਜਿਹੜੀ ਪੇਟੀ ਆ ਇਹ ਵੀ ਸਾਫ਼ ਕਰਾ ਲੈਣੀ ਲਓ ਵੀ ਮਿੱਤਰ ਬਾਈ ਆਉਂਦਾ ਇੱਥੇ ਵੇਟ ਕਰਦੇ ਹਾਂ ਆਪਾਂ ਫੋਨ ਕੀਤਾ ਫਿਰ ਚਾੜਦੇ ਇਹਨੂੰ ਤਾਂ ਫਿਰ ਕਰਾ ਦਾਂਗੇ ਸਿਰਾ ਗੱਲਬਾਤ ਲਓ ਬਈ ਲਾਤਾ ਡਿੱਗ ਤਾਂ ਆਪਾਂ ਲੱਗ ਗਿਆ ਧੋਣ ਟਰੈਕਟਰ ਬਾਈ ਆਪਣਾ ਅਤੇ ਚਮਕਾ ਦਿਓ ਪੂਰਾ ਜਿਹਾ ਚੌਂਕ ਗਿਆ ਉਦੋਂ ਵਿਖਾਉਣੇ ਤੁਹਾਨੂੰ ਲਓ ਬਈ ਚਮਕਾਇਆ ਗਿਆ ਟਰੈਕਟਰ ਆਪਣਾ ਅਜੇ ਹੋਰ ਚੌਂਕੂਗਾ ਹਜੇ ਤਾਂ ਇੱਥੇ ਸ਼ੈਂਪੂ ਸ਼ੈਂਪੂ ਮਾਰਨਾ ਵਾ ਉਹ ਵੀ ਤੁਹਾਨੂੰ ਵਿਖਾਉਣੇ ਜੇ ਸ਼ੈਂਪੂ ਸ਼ੈਂਪੂ ਵੱਜਿਆ ਬਈ ਚਮਕਾ ਦਾ ਟਰੈਕਟਰ ਆਪਾਂ ਬਹੁਤ ਦਿਨਾਂ ਲਿਬੜਿਆ ਕਰਦਾ ਜੀ ਧਵਾ ਧਵੂ ਕੇ ਲੈ ਕੇ ਚੱਲੇ ਆ ਜਮਾਂ ਨਵਾਂ ਕੱਢ ਲਿਆ ਜਿਵੇਂ ਜਾਂਸੀ ਚੋਂ ਕਢਾਇਆ ਹੁੰਦਾ ਆਹ ਦੇਖ ਹੀ ਦੱਸਦੇ ਹਾਂ ਤੁਸੀਂ ਕੰਡੀਸ਼ਨ ਚਲੋ ਆ ਜਾਓ ਮਿੱਤਰੋ ਮਿਲਦੇ ਹਾਂ ਤੁਹਾਨੂੰ ਹੁਣ ਘਰੇ ਜਾ ਕੇ ਅਤੇ ਐਂਪ ਉਂਪ ਆਪਾਂ ਕੱਸ ਲਈਏ ਅਤੇ ਖੋਲ੍ਹਦੇ ਹਾਂ ਬਕਸਾ ਉਹ ਵੀ ਤੁਹਾਨੂੰ ਵਿਖਾਉਣੇ ਬਲੌਗ ਦੇ ਵਿੱਚ ਚਲੋ ਆ ਜਾਓ ਮਿੱਤਰੋ ਫਿਰ ਲਓ ਵੀ ਮਿੱਤਰੋ ਘਰੇ ਆਪਾਂ ਧੁੱਪੇ ਲਾਤਾ ਟਰੈਕਟਰ ਇੱਕ ਹੀ ਲਿਆ ਗਏ ਹੁਣੇ ਧਵਾ ਕੇ ਲਿਆਏ ਸੀਗੇ ਤੁਸੀਂ ਦੇਖ ਸਕਦੇ ਹਾਂ ਚੌਂਕ ਚੌਂਕ ਆਪਣੀ 60-55 ਦੀ ਅਤੇ ਲਓ ਬਈ ਸਿਰਾ ਗੱਲਬਾਤ ਹੋਈ ਬਈ ਬਾਬੇ ਉਹ ਅਤੇ ਹੁਣ ਮਿੱਤਰੋ ਜਿਹੜੀ ਪੇਟੀ ਉਹਦਾ ਹੱਲ ਕਰਦੇ ਹਾਂ ਨਾਟ ਲੈ ਕੇ ਆਉਣਾ ਮੈਂ ਅਤੇ ਪੇਟੀ ਆਪਾਂ ਖੋਲ੍ਹ ਕੇ ਸ਼ਾਮ ਨੂੰ ਬਕਸਾ ਉਹ ਵੀ ਤੁਹਾਨੂੰ ਬਲੌਗ 'ਚ ਦੇਖਣ ਨੂੰ ਮਿਲੂ ਤਾਂ ਉਹਨੂੰ ਪੱਕੇ ਪ੍ਰਬੰਧ ਕਰਦੇ ਨਾਟ ਕੱਸਦੇ ਹਾਂ ਬਈ ਜਿਹੜੇ ਨਾਟ ਡਿੱਗੇ ਪਏ ਉਹ ਤੁਹਾਨੂੰ ਮੈਂ ਸਾਈਡ ਤੋਂ ਵਿਖਾ ਦਿੰਦਾ ਵਾ ਜਿਹੜੇ ਜਿੰਨੇ ਨਾਟ ਡਿੱਗੇ ਆਵੇ ਆ ਸਾਰੇ ਨਾਟ ਇੱਧਰੋਂ ਇੱਕ ਨਾਟ ਰਹਿ ਗਿਆ ਅਤੇ ਤਿੰਨ ਨਾਟ ਡਿੱਗੇ ਹੋਏ ਆ ਤਿੰਨ ਨਾਟ ਪਾ ਕੇ
ਤੈਨੀ ਉੱਧਰ, ਬਸ ਇੱਕ ਇੱਕ ਨੱਟ 'ਤੇ ਖੜੀ ਹੈ ਪੇਟੀ ਆਪਣੀ, ਇੱਕ ਇੱਧਰ ਅਤੇ ਇੱਕ ਉੱਧਰੋਂ, ਅਤੇ ਇਹਦਾ ਵੀ ਹੱਲ ਕਰਦੇ ਸ਼ਾਮ ਨੂੰ, ਨਹੀਂ ਤਾਂ ਆਪਾਂ ਨੂੰ ਨੁਕਸਾਨ ਹੋ ਜਾਣਾ ਵਾ 40,000 ਦਾ, ਅਤੇ ਕਰਾਂਗੇ ਪੱਕਾ ਹੀ ਹੱਲ ਇਹਦਾ। ਚਲੋ ਆ ਜਾਓ ਮਿੱਤਰੋ, ਫਿਰ ਚੱਕ ਦਾਂਗੇ ਗਰੀਬੀ ਸ਼ਾਮ ਤੱਕ। ਲਓ ਵੀ ਮਿੱਤਰੋ, ਇਹ ਆਪਾਂ ਜਿਹੜਾ ਮਗਰੋਂ ਸੀ ਨੱਟ ਖੋਲ੍ਹੇ ਹੋਏ ਸੀਗੇ ਇਹਦੇ ਵਿੱਚੋਂ, ਅਤੇ ਆਪਾਂ ਕੱਸਦੇ ਹਾਂ ਸਾਰੇ ਨੱਟ ਨੁੱਟ ਕੇ ਦੁਬਾਰਾ, ਅਤੇ ਆਹ ਗ੍ਰਿਪ ਵੀ ਆਪ ਹੀ ਲਾਏ ਆਪਾਂ ਸਾਰੇ, ਅਤੇ ਚਲਾ ਕੇ ਵੇਖਦੇ ਹਾਂ ਬਾਅਦ 'ਚ ਚੱਲਦਾ ਵਾ ਕਿ ਨਹੀਂ, ਅਤੇ ਬਾਅਦ 'ਚ ਬੇਸਾਂ ਖੋਲ੍ਹਦੇ ਹਾਂ ਬਈ ਆਪਾਂ ਨੂੰ ਸਾਰੀਆਂ ਹੇਠਲੀ ਬੇਸ ਅਤੇ ਅਗਲੀਆਂ ਜਿਹੜੀਆਂ ਬੇਸਾਂ ਵਾ ਦੋਨੇ ਉਹ ਸਾਰੀਆਂ ਖੋਲ੍ਹਣੀਆਂ ਪੈਣੀਆਂ ਵਾ, ਕਿਉਂਕਿ ਨੱਟ ਡਿੱਗੇ ਪਏ ਆ, ਪੇਟੀ ਖੋ ਆਹ ਖੁੱਲੂਗੇ ਨੱਟ, ਅਤੇ ਫਿਰ ਉਹ ਅੰਦਰ ਕੱਸੇ ਜਾਣੇ ਆ, ਉਹ ਜਿਹੜੇ ਸਾਈਡਾਂ ਵਾਲੇ ਨੱਟ ਤੁਹਾਨੂੰ ਵਿਖਾਉਣਾ ਸਾਈਡ ਤੋਂ ਦੀ, ਅਤੇ ਉਹ ਜਿਹੜੇ ਨੱਟ ਫਿਰ ਕੱਸੇ ਜਾਣੇ ਆ, ਅਤੇ ਇਹ ਆਪਾਂ ਨੂੰ ਸਾਈਡਾਂ ਜਿਹੜੀਆਂ ਮੋਹਰਲੀਆਂ ਦੋਨੇ ਬੇਸਾਂ ਕੱਢਣੀਆਂ ਪੈਣੀਆਂ, ਬਾਹਰ ਕੱਢ ਕੇ ਨੱਟ ਪਾ ਕੇ ਕੱਸ ਕੇ ਫਿਰ ਦੁਬਾਰਾ ਬੇਸਾਂ ਕੱਸਾਂਗੇ, ਅਤੇ ਆਹ ਥਿੰਬਲਾਂ ਜੀਆਂ ਲਾ ਤੀਆਂ ਇੱਕ ਵਾਰੀ ਆਪਾਂ, ਜਿਵੇਂ ਖੋਲ੍ਹੀਆਂ ਸੀ ਸ਼ੈਂ ਦੋਵੇਂ ਹੀ ਲੱਗੀਆਂ ਵਾ, ਅਤੇ ਵੇਖਦੇ ਜੇ ਕੋਈ ਗਲਤ ਲੱਗੀ ਹੋਈ ਤਾਂ ਫਿਰ ਏ ਸੀ ਤਾਂ ਉੱਡੂਗਾ ਹੀ ਇਹਦਾ, 100% ਤਾਂ ਆਪਾਂ ਸਹੀ ਲਾਈਆਂ ਵਾ, ਅਤੇ ਇੱਥੇ ਆਪਾਂ ਮਾਰ ਦੇਣੀ ਆ ਟੇਪ ਇਹ ਅਰਥ, ਅਤੇ ਜਿਹੜੀ ਆਪਣੀ ਜਾਂਦੀ ਆ ਬਾਰ ਲੈਟ ਦੀ ਆ ਤਾਰ, ਇਹ ਵੀ ਟੁੱਟੀ ਹੋਈ ਆ, ਇਹ ਵੀ ਆਪਾਂ ਘਰੇ ਹੀ ਕਰਾਂਗੇ ਤਿਆਰ ਅੱਜ, ਇਹ ਵੀ ਵੇਖੀ ਚੱਲੋ ਬਲੋਕ 'ਚ ਛਿੱਲ ਕੇ, ਅਤੇ ਇੱਥੇ ਆਪਾਂ ਜੋੜ ਮਾਰ ਦੇਣਾ, ਉੱਤੋਂ ਮਾਰ ਦਾਂਗੇ ਟੇਪ, ਅਤੇ ਵੇਖਾਂਗੇ ਬਾਰ ਲੈਟ ਵੀ ਹੁੰਦੀ ਆ ਕਾਮਯਾਬ ਕਿ ਨਹੀਂ, ਅਤੇ ਚਲੋ ਆ ਜਾਓ ਮਿੱਤਰੋ, ਹੁਣ ਆਹ ਤਾਂ ਆਪਾਂ ਕਰਤੀਆਂ ਓਕੇ, ਆਹ ਇੱਕ ਵਾਧੂ ਦਿੱਤਾ ਵਿਆ, ਕੱਲ੍ਹ ਨੂੰ ਆਪਾਂ ਜੇ ਮੰਨ ਕੇ ਚੱਲੋ ਪੇਟੀ ਵੱਡੀ ਕਰਾਉਣੀ ਆ, ਵੀ ਹੋਰ ਬੇਸ ਬੂਸ ਐਡ ਕਰਾਉਣੀ ਆ, ਉਹਦੇ ਵਾਸਤੇ ਸ਼ਾਇਦ ਦਿੱਤਾ ਹੋਊਗਾ, ਗ੍ਰਿਪ ਖਾਲੀ ਸੀਗਾ ਇੱਕ ਉਦੋਂ ਵੀ ਖਾਲੀ ਸੀਗਾ, ਅਤੇ ਇੱਥੇ ਇਹਨੂੰ ਆਪਾਂ ਇਕੱਠਾ ਕਰਕੇ ਇੱਥੇ ਟਾਈਆਂ ਮਾਰ ਦਾਂਗੇ, ਜਿਵੇਂ ਪਹਿਲਾਂ ਉਹਨਾਂ ਨੇ ਇੱਥੇ ਕੱਸਿਆ ਹੋਇਆ ਸੀਗਾ, ਇੱਥੇ ਤਾਂ ਕਿਉਂਕਿ ਭੈੜਾ ਜਿਹਾ ਲੱਗਦਾ, ਜੋ ਕਿਤੇ ਆਪਾਂ ਵਾਹੁਣਾ ਵਾਹੁਣਾ ਵਾ ਫਿਰ ਕੰਮ ਖਰਾਬ ਕਰੂਗਾ ਥਿੰਬਲਾਈਆਂ ਦਾ, ਅਤੇ ਇੱਥੇ ਆਪਾਂ ਟੇਪ ਮਾਰਤੀ ਇੱਕ ਵਾਰੀ, ਅਤੇ ਇੱਥੇ ਇੱਕ ਟੇਪ ਮਾਰਨੀ ਆ, ਅਤੇ ਇੱਕ ਆਪਾਂ ਮਾਰਨੀ ਆ ਉੱਧਰ ਇੱਧਰ, ਅਤੇ ਲਓ ਮਿੱਤਰੋ ਹੁਣ ਆਹ ਛਿੱਲ ਕੇ ਬਾਰ ਲੈਟ ਵੀ ਕਰ ਹੀ ਲਈਏ ਰੈਡੀ, ਫਿਰ ਮਿਲਦੇ ਹਾਂ ਤੁਹਾਨੂੰ, ਫਿਰ ਨਾਲੇ ਤੁਹਾਨੂੰ ਵਿਖਾਉਣੇ ਆ ਜਗਾ ਕੇ ਵੀ ਜਾਗਦੀ ਆ ਕਿ ਨਹੀਂ, ਅਤੇ ਆਹ ਜਿਹੜੀ ਪੇਟੀ ਆ ਇਹ ਤਾਂ ਬਈ ਆਪਾਂ ਨਰ ਨੁੱਟ ਕੱਸ ਕੇ ਫਿਰ ਹੀ ਛੱਡ ਕੇ ਵੇਖਾਂਗੇ, ਮੈਂ ਕਿਹਾ ਬਾਅਦ 'ਚ ਇਹ ਕੰਮ ਖਰਾਬ ਹੁੰਦਾ ਵੀ ਆ, ਫਿਰ ਆਪਾਂ ਲੈ ਕੇ ਚੱਲਾਂਗੇ ਸ਼ਹਿਰ, ਅਤੇ ਵੇਖਦੇ ਹਾਂ ਕੀ ਬਣਦਾ, ਪਹਿਲਾਂ ਹੁਣ ਆਹ ਛਿੱਲ ਕੇ ਬਾਰ ਲੈਟ ਜਾਗਦੀ ਕਰੀਏ। ਲਓ ਬਈ ਫਿਰ ਪੰਗਾ ਪੈ ਗਿਆ, ਤਾਰ ਬਹੁਤ ਖਿੱਚੀ, ਲੂ ਪੈਪ ਦੇ ਵਿੱਚ ਫਸੀ ਹੋਈ ਹੈ ਇੱਥੇ ਆ ਸਾਹਮਣੇ 'ਚ, ਆਹ ਦੇਖ ਹੀ ਸਕਦੇ ਤੁਸੀਂ ਇੱਥੇ, ਅਤੇ ਨਿਕਲ ਨਹੀਂ ਰਹੇਗੀ, ਇਹ ਮੈਨੂੰ ਲੱਗਦਾ ਵੀ ਕੱਟਣੀ ਪੈਣੀ ਸਾਰੀ ਤਾਰ ਹੀ, ਨਵੀਂ ਪਾਉਣੀ ਪੈਣੀ ਆ, ਅਤੇ ਆਪਾਂ ਨੂੰ ਬਲੋਕ ਕਰਨਾ ਪੈਣਾ ਬਈ, ਕੱਲ੍ਹ ਨੂੰ ਇੱਕ ਨਵਾਂ ਤਿਆਰ, ਨਾਲੇ ਤਾਂ ਤਾਰ ਪਾਵਾਂਗੇ ਅਤੇ ਨਾਲੇ ਨਾਟ ਲੈ ਕੇ ਆਵਾਂਗੇ ਸ਼ਹਿਰੋਂ, ਤੁਹਾਨੂੰ ਵਿਖਾਵਾਂਗੇ, ਅਤੇ ਪੇਟੀ ਬੂਟੀ ਖੋਲ੍ਹਾਂਗੇ, ਅੱਜ ਦਾ ਬਲੋਕ ਇੱਥੇ ਹੀ ਖਤਮ ਕਰਨਾ ਪੈਣਾ, ਮੈਂ ਤਾਂ ਕਹੀ ਆ ਬਣਾ ਦਾਂਗੇ, ਪਰ ਨਹੀਂ ਕੰਮ ਲੋਟ ਆਇਆ, ਖਿੱਚਿਆ ਖੁੱਚਿਆ ਬਹੁਤ ਮੈਂ, ਯੂ ਪੈਪ ਦੇ ਅਤੇ ਮਗਰਾਟ ਦੇ ਸਾਹਮਣੇ 'ਚ ਫਸ ਗਈ ਆ ਤਾਰ, ਪਤਾ ਨਹੀਂ ਕਿਵੇਂ, ਜੋ ਟਰੈਕਟਰ ਧਵਾ ਕੇ ਲਿਆਂਦਾ ਕਿਤੇ ਉਦੋਂ ਹੀ ਧਿਆਨ ਨਹੀਂ ਦਿੱਤਾ, ਡਿੱਗ ਡੁੱਗ ਪਈ ਵਿੱਚ, ਅਤੇ ਉਹ ਹੁਣ ਟਾਇਟ ਹੋ ਗਈ ਤਾਰ, ਅਤੇ ਆਪਾਂ ਖਿੱਚ ਕੇ ਵੇਖੀ ਉਹ ਟੁੱਟਦੀ ਆ ਤਾਰ, ਅਤੇ ਮੈਂ ਕਿਹਾ ਸਾਰੀ ਨਵੀਂ ਲਿਆ ਕੇ ਪਾ ਦਾਂਗੇ ਉਹ ਸਿਰੇ ਤੋਂ, ਨੱਟ ਤਾਂ ਲੈਣ ਜਾਣੀ ਆ, ਅਤੇ ਲਓ ਵੀ ਮਿੱਤਰੋ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ, ਅਗਲਾ ਬਲੌਗ ਬਹੁਤ ਇੰਟਰਸਟਿੰਗ ਆ, ਅਤੇ ਆਹ ਵੀ ਤੁਸੀਂ ਚੈੱਕ ਕਰਿਓ ਆਪਣੇ ਲਾਏ ਹੋਏ ਜੋੜ ਵੀ ਸਹੀ ਹੋਣਗੇ ਗਲਤ, ਇਹ ਤੁਹਾਨੂੰ ਅਗਲੇ ਬਲੌਗ 'ਚ ਛੱਡ ਕੇ ਵਿਖਾਵਾਂਗੇ, ਬੇਸਾਂ ਜਾਂ ਤਾਂ ਉੱਡਣਗੀਆਂ ਅਤੇ ਜਾਂ ਚੱਲ ਪੈਣਗੀਆਂ, ਇੱਕ ਕੰਮ ਹੋ ਜੂਗਾ। ਚਲੋ ਮਿੱਤਰੋ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ। ਲਓ ਵੀ ਮਿੱਤਰੋ ਗਰਮੀ ਬਹੁਤ ਜ਼ਿਆਦਾ ਆ, ਥਿੰਬਲਾਂ ਨੇ ਬਹੁਤ ਮੱਥਾ ਮਰਾਇਆ, ਪਹਿਲਾਂ ਤਾਂ ਸੋਚ ਸੋਚ ਕੇ ਲਾਈਆਂ ਥਿੰਬਲਾਂ ਹੀ ਉਹ ਮਗਰ ਜਿਹੜੀਆਂ ਵਾ, ਅਤੇ ਉਹ ਲਾ ਕੇ ਅਤੇ ਹੁਣ ਆਪਾਂ ਹੋਏ ਵਿਹਲੇ, ਅਤੇ ਮੈਂ ਕਿਹਾ ਗਾਹ ਵੀ ਲਾ ਦਿੰਦੇ ਬਾਰ ਲੈਟ, ਅਤੇ ਪਰ ਬਾਰ ਲੈਟ ਦੀ ਤਾਰ ਜਿਹੜੀ ਟੁੱਟਦੀ ਜਾ ਰਹੀ ਆ, ਤਾਂ ਕਰਕੇ ਆਪਾਂ ਹੁਣ ਉਹ ਕਰਤਾ ਕੰਮ ਕੈਂਸਲ, ਕਿਉਂਕਿ ਪੇਟੀਆਂ ਦੀਆਂ ਉਹ ਜਿਹੜੀਆਂ ਬੇਸਾਂ ਮਗਰ ਦੇਖ ਰਹੇ ਹਾਂ ਉਹ ਦੋਨੇ ਕੱਢਣੀਆਂ ਪੈਣੀਆਂ ਬਾਹਰ ਖੋਲ੍ਹ ਕੇ ਕੱਲ੍ਹ ਨੂੰ,
ਸੁਬਹਾ ਸੁਬਹਾ ਆਪਾਂ ਖੋਲ੍ਹਾਂਗੇ, ਖੋਲ੍ਹ ਕੇ ਅਤੇ ਨਾਟ ਕੱਸਾਂਗੇ, ਨਾਲੇ ਤੁਹਾਨੂੰ ਕੱਲ੍ਹ ਵਾਲੇ ਬਲੌਗ 'ਚ ਵਿਖਾਵਾਂਗੇ ਵੀ ਆਪਾਂ ਜਿਹੜੀਆਂ ਉਹ ਲਾਈਆਂ ਵਾ ਥਿੰਬਲਾਂ ਮਗਰ, ਵੀ ਉਹ ਸਹੀ ਆ ਜੇ ਗਲਤ ਲੱਗ ਜਾਣ। ਕਹਿੰਦੇ ਏ ਸੀ ਉੱਡ ਜਾਂਦਾ ਹੁੰਦਾ ਉਹ ਜਿਹੜਾ ਮਗਰ ਬਕਸਾ ਇਹ ਲੱਗਾ ਲੋਹੇ ਦਾ, ਉਹਦੇ ਵਿੱਚ ਏ ਸੀ ਹੁੰਦਾ ਅਤੇ ਉਹਦੇ 'ਚ ਹੀ ਸਾਰਾ ਹੁੰਦਾ ਪ੍ਰੋਸੈਸ। ਅਤੇ ਜੋ ਉਹ ਖਰਾਬ ਹੋ ਗਿਆ ਫਿਰ, ਕਿਉਂਕਿ ਉਹ ਨਵਾਂ ਹੀ ਲਵਾਉਣਾ ਪੈਣਾ ਫਿਰ ਆਪਾਂ ਨੂੰ। ਅਤੇ ਇੱਕ ਵਾਰ ਐਕਸਪੈਰੀਮੈਂਟ ਤਾਂ ਆਪਾਂ ਕੀਤਾ ਵਾ, ਅਤੇ ਹੁਣ ਅਗਲੇ ਬਲੌਗ 'ਚ ਵੇਖਾਂ ਕਾਮਯਾਬ ਰਹਿੰਦਾ ਵਾ ਕਿ ਨਹੀਂ। ਫਿਰ ਨਹੀਂ ਤਾਂ ਪੈਸੇ ਤਾਂ ਲੱਗਣਾ ਹੀ ਆ, ਫਿਰ ਚੱਕ ਦਾਂਗੇ ਗਰੀਬੀ ਇਕੱਠੀ ਅਤੇ ਫਿਰ ਪੇਟੀ ਬਦਲਾਂਗੇ, ਪੇਟੀ ਇੱਕ ਅੱਧੀ ਬੇਸ ਹੋਰ ਐਡ ਕਰਾ ਦਾਂਗੇ, ਅਤੇ ਜੇ ਚੱਲੀ ਗਿਆ ਫਿਰ ਚਲਾਈ ਚੱਲਾਂਗੇ, ਜੇ ਨਾ ਚੱਲਿਆ ਫਿਰ ਕੰਮ ਵਧਾਵਾਂਗੇ। ਇਹ ਹੁਣ ਤੁਹਾਨੂੰ ਅਗਲੇ ਬਲੌਗ 'ਚ ਹੀ ਪਤਾ ਲੱਗਣਾ ਬਈ। ਅਤੇ ਹੁਣ ਮੈਂ ਤਾਰ ਤੂਰ ਬਹੁਤ ਖਿੱਚ ਕੇ ਵੇਖੀ ਬਾਰ ਲਾਈਟ ਵਾਲੀ, ਅਤੇ ਉਹ ਟੁੱਟਦੀ ਸੀ, ਉਹ ਵੀ ਨਵੀਂ ਪਾਊਂਗਾ ਲਿਆ ਕੇ ਅਗਲੇ ਬਲੌਗ 'ਚ, ਨਟ ਤਾਂ ਨਵੇਂ ਪਾਉਣੇ ਹੀ ਪਾਉਣੇ ਆ। ਅਤੇ ਲਓ ਵੀ ਮਿੱਤਰੋ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ 'ਚ, ਫਿਰ ਵੇਖਦੇ ਹਾਂ ਕਾਮਯਾਬ ਰਹਿੰਦਾ ਕਿ ਨਹੀਂ ਸਾਡਾ ਪ੍ਰੋਸੈਸ। ਇਹ ਤੁਸੀਂ ਵੇਖਣਾ ਅਗਲੇ ਬਲੌਗ 'ਚ, ਕਰ ਲਿਓ ਚੈਨਲ ਨੂੰ ਸਬਸਕ੍ਰਾਈਬ, ਚੱਕ ਦਾਂਗੇ ਗਰੀਬੀ।